ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਰਚਗਿਲ ਹੋਤਰਾ ਪਹਿਲਾਂ ਪੇਸ਼ਨੀ ਚੌਣਵੀਆਂ ਖਬਰਾਂ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅੱਜ ਆਖਰੀ ਦਿਨ ਦੂਜੇ ਪੜਾ ਲਈ 26 ਅਪ੍ਰੈਲ ਨੂੰ ਹੋਵੇਗਾ ਮਤਦਾੰ पंजाब दे दो करोड़ बारह लाख तो वोटर अपने तेरह संसद मैंबर चुनने करेंगे मतदान दिल्ली आबाकारी नीति मामले में अदालत ने के कविता दी की अंतरिम जमानत की रद्द ਫੋਜ਼ ਦੇ ਤਿੰਨਾ ਅੰਗਾਂ ਦਾ ਇੱਕ ਦਿਨਾ ਸਯੁਕਤ ਸਮੇਲਨ ਪਰਿਵਰਤਨ ਚੰਤਨ ਅੱਜ ਦਿੱਲੀ ਵਿੱਚ ਇਸ ਸਾਲ ਦਾ ਪਹਿਲਾ ਮੁਕੰਮਲ ਸੂਰਜ ਗ੍ਰਹਿਣ ਅੱਜ ਤੇ ਹੁਣ ਖਬਰਾਂ ਵਿਸਥਾਰਨ ਦੇਸ਼ ਭਰ ਵਿੱਚ ਸੱਤ ਪੜਾਵਾਂ ਤਹਿਤ ਕਰਵਾਈਆਂ ਜਾ ਰਹੀਆਂ ਲੋਕ ਸਭਾ ਚੋਣਾਂ ਦੀ ਦੂਜੀ ਗੇੜ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅੱਜ ਆਖਰੀ ਦਿਨ ਹੈ ਇਸ ਪੜਾਅ ਤਹਿਤ 12 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 88 ਲੋਕ ਸਭਾ ਸੀਟਾਂ ਦੇ ਨਾਲ ਬਾਰੀ ਮਣੀਪੁਰ ਲੋਕ ਸਭਾ ਹਲਕੇ ਦੇ ਬਾਕੀ ਹਿੱਸੇ ਲਈ 26 April ਨੂੰ મતદાન ਹੋਵੇਗਾ ਕੇਰਲ ਦੀਆਂ 20, ਕਰਨਾਟਕ ਦੀਆਂ 14, ਰਾਜਸਥਾਨ ਦੀਆਂ 13, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀਆਂ 88, ਮੱਧ ਪ੍ਰਦੇਸ਼ ਦੀਆਂ 7 ਅਤੇ ਆਸਾਮ ਤੇ ਬਿਹਾਰ ਦੀਆਂ 5-5 ਪੱਛਮੀ ਬੰਗਾਲ ਤੇ ਛਤੀਸਗੜ੍ਹ ਦੀਆਂ 3-3 ਸੀਟਾਂ ਅਤੇ ਮਣੀਪੁਰ, ਤਰਪੁਰਾ ਅਤੇ ਜੰਮੂ ਕਸ਼ਮੀਰ ਵਿੱਚ ਇੱਕ-ਇੱਕ ਸੀਟ ਲਈ ਦੂਜੇ ਗੇਟ ਤਹਿਤ ਵੋਟਾਂ ਪੈਣਗੀਆਂ। ਇਸ ਦੌਰਾਨ ਪਹਿਲੇ ਗੇਟ ਤਹਿਤ 19 April ਨੂੰ મતદાન ਕਰਵਾਏ ਜਾਣ ਵਾਲੀ ਲੋਕ ਸਭਾ ਹਲਕਿਆਂ ਵਿੱਚ ਸਿਆਸੀ ਪ੍ਰਚਾਰ ਤੇਜ਼ੀ ਨਾਲ ਹੋ ਰਿਹਾ ਹੈ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਰੈਲੀਆਂ ਰੂਟ ਸ਼ੋਅ ਅਤੇ ਮੀਟਿੰਗਾਂ ਕਰ ਰਹੀਆਂ ਨੇ ਇਸ ਵਾਰ ਚੋਣਾਂ ਲਈ ਲੰਬਾ ਸਮਾਂ ਮਿਲਣ ਕਰਕੇ ਅਜੇ ਵੀ ਕੁਝ ਸਿਆਸੀ ਪਾਰਟੀਆਂ ਚੋਣ ਮੈਦਾਨ ਵਿੱਚ ਉਤਾਰੇ ਜਾਣ ਵਾਲੇ ਉਮੀਦਵਾਰਾਂ ਦੇ ਨਾਵਾਂ 'ਤੇ ਚਰਚਾ ਕਰ ਰਹੀਆਂ ਨੇ ਇਸ ਵਾਰ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਨਾਵਾਂ ਦੀਆਂ ਲਿਸਟਾਂ ਹੌਲੀ-ਹੌਲੀ ਜਾਰੀ ਕਰ ਰਹੀਆਂ ਨੇ ਇਸ ਦੌਰਾਨ ਸਿਆਸੀ ਨੇਤਾ ਵੀ ਆਪੋ ਆਪਣੇ ਪਵਿੱਖ ਨੂੰ ਦੇਖ ਆਂ ਇੱਕ ਤੋਂ ਦੂਜੀ ਪਾਰਟੀ ਵਿੱਚ ਜਾ ਰਹੀ ਨਿਤੇ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਇਧਰ ਪੰਜਾਬ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੀ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ ਅਤੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਨੇ ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਨੇ ਸਾਰੀਆਂ ਪਾਰਟੀਆਂ ਨੇ ਕੁਝ ਉਮੀਦਵਾਰਾਂ ਦੇ ਨਾਂ ਫਾਈਨਲ ਕੀਤੇ ਨੇ ਪਰ ਜ਼ਿਆਦਾਤਰ ਪਾਰਟੀਆਂ ਅਜੇ ਵੀ ਵਿਚਾਰ ਕਰ ਰਹੀਆਂ ਨੇ ਕਿ ਕਿਹੜੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ ਤਾਂ ਜੋ ਵੱਤਵਾ ਸੀਟਾਂ ਤੇ ਜਿੱਤ ਹਾਸਲ ਕੀਤੀ ਜਾ ਸਕੇ ਚੋਣ ਕਮਿਸ਼ਨ ਨੇ ਆਉਣ ਦੀਆਂ ਲੋਕ ਸਭਾ ਚੋਣਾਂ ਵਿੱਚ ਯੁਵਾ ਤੇ ਸ਼ਹਿਰੀ ਵੋਟਰਾਂ ਦੀ ਪਾਗੀਦਾਰੀ ਬਣਾਉਣ ਲਈ ਸੋਸ਼ਲ ਮੀਡੀਆ ਤੇ ਕਈ ਮੁਹਿੰਮਾਂ ਦੀ ਸ਼ੁਰੂਆਤ ਕੀਤੀ ਹੈ। ਕਮਿਸ਼ਨ ਵੋਟਰਾਂ ਤੱਕ ਆਪਣਾ ਸੁਨੇਹਾ ਪਹੁੰਚਾਣ ਲਈ ਟਰਨਿੰਗ 18 ਅਤੇ ਯੂ ਆਰ ਦਾ 1 ਅਭਿਆਨ ਰਾਈ ਆਕਰਸ਼ਕ ਵਿਸ਼ਿਆਂ ਹਰਮਨ ਪਿਆਰੇ ਆਈਕਨ ਅਤੇ ਜਿੰਜਟ ਸਮਗਰੀ ਦੀ ਵਰਤੋਂ ਕਰ ਰਿਹਾ ਹੈ ਟਰਨਿੰਗ 18 ਅਭਿਆਨ ਦਾ ਮੁੱਖ ਉਦੇਸ਼ ਆਂਦੀਆਂ ਚੋਣਾਂ ਵਿੱਚ ਨੌਜਵਾਨ ਵੋਟਰਾਂ ਨੂੰ ਆਕਰਸ਼ਿਤ ਕਰਨਾ ਹੈ ਇਸ ਦਾ ਉਦੇਸ਼ ਪਿਛਲੀਆਂ ਚੋਣਾਂ ਵਿੱਚ ਸ਼ੈਰੀ ਅਤੇ ਯੂਵਾ ਵੋਟਰਾਂ ਦੀ ਉਦਾਸੀਨਤਾ ਦੇ ਮੁੱਦਿਆਂ ਦਾ ਹੱਲ ਕਰਨਾ ਵੀ ਹੈ ਯੂ ਆਰ ਦਾ 1 ਪ੍ਰਕਿਰਿਆ ਵਿੱਚ ਸ਼ਾਮਲ ਵੱਖ-ਵੱਖ ਤਾਰਕਾਂ ਦੇ ਵਿਸ਼ਕੀਮਤੀ ਯੋਗਦਾਨ ਨੂੰ ਸਵੀਕਾਰਨਾ ਹੈ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਇਸ ਵਾਰ ਪੰਜਾਬ ਵਿੱਚ 2 ਕਰੋੜ 12 ਲੱਖ ਤੋਂ ਵੱਧ ਵੋਟਰ ਆਪਣੇ 13 ਸੰਸਦ ਮੈਂਬਰ ਚੁਣਨ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਲੰਗੇ ਪੰਜ ਵਰਿਆਂ ਦੌਰਾਨ ਪੰਜਾਬ ਵਿੱਚ 8 ਕਰੋੜ 96 ਲੱਖ ਵੋਟਰ ਵਧੇਰੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਸੂਬੇ ਵਿੱਚ ਵੋਟਰਾਂ ਦੀ ਗਿਣਤੀ 2 ਕਰੋੜ 3 ਲੱਖ ਸੀ ਜੋ ਹੁਣ ਵੱਧ ਕੇ 2 ਕਰੋੜ 12 ਲੱਖ ਤੋਂ ਵੱਧ ਹੋ ਗਈ ਹੈ ਸੂਬੇ ਵਿੱਚ ਪਟਿਆਲਾ ਲੋਕ ਸਭਾ ਹਲਕੇ ਵਿੱਚ ਸਭ ਤੋਂ ਵੱਧ 17 ਲੱਖ 87 ਹਜ਼ਾਰ ਵੋਟਰ ਨੇ ਜਿਨ੍ਹਾਂ ਵਿੱਚ 9 ਲੱਖ 35 ਹਜ਼ਾਰ ਪੁਰਸ਼ ਅਤੇ 8 ਲੱਖ 52 ਮਹਿਲਾ ਵੋਟਰ ਨੇ ਫਤਿਹਗੜ੍ਹ ਸਾਹਿਬ ਹਲਕੇ ਵਿੱਚ ਸਭ ਤੋਂ ਘੱਟ 15 ਲੱਖ 39 ਹਜ਼ਾਰ ਵੋਟਰ ਨੇ ਜਿਨ੍ਹਾਂ ਵਿੱਚ 816000 ਪੁਰਸ਼ ਅਤੇ 722000 ਮਹਿਲਾਵਾਂ ਨੇ ਮਾਈਕਰੋਸਾਫਟ ਨੇ ਚੇਤਾਵਨੀ ਦਿੱਤੀ ਹੈ ਕਿ ਚੀਨ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਈ ਭਾਰਤ ਅਮਰੀਕਾ ਅਤੇ ਦੱਖਣ ਕੋਰੀਆ ਵਿੱਚ ਚੋਣ ਪ੍ਰਕਿਰਿਆ ਵਿੱਚ ਵਿਗੜਨ ਪਾਉਣ ਦੀ ਤਿਆਰੀ ਕਰ ਰਿਹਾ ਹੈ ਚੀਨ ਵੱਲੋਂ ਤਾਈਵਾਨ ਦੀ ਰਾਸ਼ਟਰਪਤੀ ਚੌਂਦਰਾਨ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਚਾਲਿਤ ਟ్రਾਇਲ ਰਨ ਆਯੋਜਿਤ ਕੀਤੇ ਜਾਣ ਤੋਂ ਬਾਅਦ ਇਹ ਚੇਤਾਵਨੀ ਆਈ ਇਸ ਸਾਲ ਯੂਰਪੀ ਸੰਘ ਤੋਂ ਇਲਾਵਾ ਵਿਸ਼ਵ ਦੇ ਘੱਟੋ ਘੱਟ 34 ਸੰਵਿਧ ਚੋਣਾ ਹੋਣੀਆਂ ਨੇ ਇਹਨਾਂ ਦੇਸ਼ਾਂ ਵਿੱਚ ਕੁੱਲ ਮਿਲਾ ਕੇ ਵਿਸ਼ਵ ਦੀ ਕਰੀਬ 49% ਆਬਾਦੀ ਰਹਿੰਦੀ ਹੈ ਮਾਈਕਰੋਸਾਫਟ ਦੀ ਖੁਫੀਆ ਟ੍ਰੀਮ ਅਨੁਸਾਰ ਚੀਨ ਸਮਰਥਕ ਸਾਈਬਰ ਗਰੁੱਪ ਉੱਪਰ ਕੋਰੀਆ ਦੇ ਸਹਿਯੋਗ ਨਾਲ ਇਸ ਸਾਲ ਕੀ ਚੋਣਾਂ ਨੂੰ ਨਿਸ਼ਾਨਾ ਬਣਾ ਸਕਦੇ ਨੇ ਮਾਈਕਰੋਸਾਫਟ ਨੇ ਐਕੀਆ ਕੀ ਚੀਨ ਵੱਲੋਂ ਆਪਣੇ ਹਿੱਤ ਵਿੱਚ ਜਨਮਤ ਬਦਲਣ ਦੀ ਸੋਸ਼ਲ ਮੀਡੀਆ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਸर्जਤ ਸਮਗਰੀ ਪ੍ਰਚਾਰਿਤ ਕਿਤੇ ਜਾਣ ਦਾ ਸ਼ੱਕ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਡੀਪ ਫੇਕ ਅਤੇ ਮੰਕੜਤ ਘਟਨਾਵਾਂ ਸਮੇਤ ਬਿਨਾ ਆਧਾਰ ਤੋਂ ਬਿਆਨ ਤਿਆਰ ਕੀਤੇ ਜਾ ਸਕਦੇ ਨੇ ਦਿੱਲੀ ਆਵਾਕਾਰੀ ਨੀਤੀ ਮਾਮਲੇ ਵਿੱਚ ਬੀਆਰਐਸ ਨੇਤਾ ਕੇ ਕਵਿਤਾ ਨੂੰ ਰਾਉਜ਼ ਐਵਨੀ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਅਦਾਲਤ ਨੇ ਕੇ ਕਵਿਤਾ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਕਵਿਤਾ ਨੇ ਆਪਣੀ ਬੀਟੀ ਦੇ ਇਮਤਿਹਾਨ ਦਾ ਹਵਾਲਾ ਦੇ ਕੇ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਈਡੀ ਨੇ ਅਦਾਲਤ ਵਿੱਚ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਜ਼ਮਾਨਤ ਦੇ ਨਾਲ ਉਹ ਕੇਸ ਨੂੰ ਪ੍ਰਭਾਵਿਤ ਕਰ ਸਕਦੇ ਨੇ ਇਸ ਲਈ ਜ਼ਮਾਨਤ ਨਾ ਦਿੱਤੀ ਜਾਵੇ ਹੁਣ ਅਦਾਲਤ 20 ਅਪ੍ਰੈਲ ਨੂੰ ਰੈਗੂਲਰ ਜ਼ਮਾਨਤ ਲਈ ਕੇਸ ਦੀ ਸੁਣਵਾਈ ਕਰੇਗੀ ਕੇ ਕਵਿਤਾ ਨੂੰ ਸ਼ਰਾਬ ਘਟਾਲਾ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਫੌਜ ਦੇ ਤਿੰਨ ਅੰਗਾਂ ਦਾ ਇੱਕ ਦਿਨਾ ਸੰਯੁਕਤ ਸਮਾमेलन ਪਰिवर्तन ਚੰਤਨ ਅੱਜ ਦਿੱਲੀ ਵਿੱਚ ਹੋਵੇਗਾ ਸਮਾमेलन ਦਾ ਉਦੇਸ਼ ਨਵੇਂ ਵਿਚਾਰਾਂ ਨਮੀਆਂ ਪਹਿਲਾਂ ਅਤੇ ਸੁਧਾਰਾਂ ਤੇ ਜ਼ੋਰ ਦੇਣਾ ਹੈ ਤਾਂਕਿ ਤਿੰਨੋਂ ਅੰਗਾਂ ਵਿਚਾਲੇ ਤਾਲਮੇਲ ਨੂੰ ਹੋਰ ਬਿਹਤਰ ਕੀਤਾ ਜਾ ਸਕੇ ਸੰमेलन ਦੀ ਪ੍ਰਧਾਨਗੀ ਰੱਖਿਆ ਪ੍ਰਮੁਖ ਜਨਰਲ ਅਨਿਲ ਚੋਹਾਨ ਕਰਨਗੇ ਇਹ ਸੈਨਾ ਦੇ ਤਿੰਨਾ ਅੰਗਾਂ ਦੇ ਪ੍ਰਮੁਖਾਂ ਫੌਜ ਦੇ ਵਿਭਾਗ ਅਤੇ ਇੰਟੀਗ੍ਰੇਟਿਡ ਡਿਫੈਂਸ ਸਟਾਫ ਦੇ ਮੁਖਤਫਰਾਂ ਦਾ ਪਹਿਲਾ ਸਹਿਯਕ ਸੰਮੇਲਨ ਹੋਵੇਗਾ ਸੰਮੇਲਨ ਵਿੱਚ ਫੌਜ ਦੇ ਵੱਖ-ਵੱਖ ਪੱਧਰ ਦੇ ਅਧਿਕਾਰੀ ਆਪਣੇ ਤਜਰਬੇ ਸਾਂਝੇ ਕਰਨਗੇ ਅਤੇ ਇੱਕਿਕ੍ਰਿਤ ਵਿਵਸਥਾ ਨੂੰ ਲਾਗੂ ਕਰਨ ਲਈ ਸੁਝਾਅ ਦੇਣਗੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਭਾਰਤੀ ਹਥਿਆਰਬੰਦ ਬਲ ਪਵਿੱਖ ਦੇ ਯੁੱਧਾਂ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਨੇ ਇਸ ਦੇ ਮੱਦੇਨਜ਼ਰ ਸੇਵਕਾਂ ਬਿਆਨ ਲਈ ਸੈਨਾ ਦੇ ਤਿੰਨਾ ਅੰਗਾਂ ਵਿਚਾਲੇ ਤਾਲਮੇਲ ਨੂੰ ਮਜ਼ਬੂਤ ਲਈ ਪਹਿਲਾਂ ਕੀਤੀਆਂ ਜਾ ਰਹੀਆਂ ਨੇ ਦੇਸ਼ ਦੇ ਵਿਗਿਆਨੀਆਂ ਲਈ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਜ਼ਮੀਨ ਦੇ ਨਾਲ-ਨਾਲ ਆਸਮਾਨ ਤੋਂ ਵੀ ਸੂਰਜ ਗ੍ਰਹਿਣ ਦੀ ਜਾਂਚ ਅਤੇ ਪਰਖ ਕਰ ਸਕਣਗੇ ਅੱਜ ਸਾਲ ਦਾ ਪਹਿਲਾ ਮੁਕੰਮਲ ਸੂਰਜ ਗ੍ਰਹਿਣ ਲੱਗੇਗਾ ਭਾਵੇਂ ਇਹ ਗ੍ਰਹਿਣ ਭਾਰਤ ਵਿੱਚ ਨਹੀਂ ਦੇਖਿਆ ਜਾ ਸਕੇਗਾ ਪਰ ਗ੍ਰਹਿਣ ਦਾ ਪਾਤ ਉੱਤਰੀ ਅਮਰੀਕਾ ਤੋਂ ਸ਼ੁਰੂ ਹੋਵੇਗਾ ਜੋ ਮੈਕਸੀਕੋ ਯੂਐਸਏ ਅਤੇ ਕੈਨੇਡਾ ਵਿੱਚ ਦਿਖਾਈ ਦੇਵੇਗਾ ਇਸ ਗ੍ਰਹਿਣ ਦੇ ਅਧਿਐਨ ਲਈ ਭਾਰਤ ਦੇ ਤਿੰਨ ਵਿਗਿਆਨੀ ਤੇ ਇੱਕ ਇੰਜੀਨੀਅਰ ਅਮਰੀਕਾ ਗਏ ਨੇ ਮੈਕਸੀਕੋ ਵਿੱਚ ਸੂਰਜ ਗ੍ਰਹਿਣ ਦੀ ਵਾਤਵਾਰ ਮਿਆਦ 4 ਸਟਾਈਲ ਸੈਕਿੰਡ ਰਹੇਗੀ ਅਤੇ ਦੁਨੀਆ ਭਰ ਦੇ ਵਿਗਿਆਨੀ ਇਸ ਦੀ ਜਾਂਚ ਅਤੇ ਪਰਖ ਵਿੱਚ ਲੱਗੇ ਹੋਏ ਨੇ नेशनल काउंसिल ऑफ एजुकेशनल रिसर्च एंड ट्रेनिंग एनसीईआरटी ने अपनी विद्या सामग्री की कॉपीराइट उल्लंघन के खिलाफ चेतावनी देने दिया एडवाइजरी जारी की है एनसीईआरटी ने कहा है कि कोई भी व्यक्ति या इकाई जो कॉपीराइट की इजाजत ले बिना पाठ्यपुस्तकों की सामग्री का व्यापारिक तौर पर करता है उसके खिलाफ कॉपीराइट एक्ट तहत कानूनी कार्रवाई की जाएगी विद्या संस्था ने कहा है कि जेकर किसी व्यक्ति नु अजीहां पायरेटेड पाठ्यपुस्तकों जा वर्कबुक मिलदियां नहीं ता तुरंत ईमेल राही एनसीईआरटी नु सूच ਸ਼ੇਤਕਾਰੇ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਪੰਜਾਬ 11 ਨੂੰ ਸਖਤ ਮੁਕਾਬਲੇ ਮਗਰੋਂ 4-3 ਦੇ ਫਰਕ ਨਾਲ ਹਰਾ ਕੇ ਪਹਿਲੇ ਸੁਰਜੀਤ ਹਾਕੀ 5A ਸਾਈਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ ਯੂਨੀਅਨ ਬੈਂਕ ਆਫ ਇੰਡੀਆ ਮੁੰਬਈ ਨੇ ਹਰਿਆਣਾ 11 ਨੂੰ 12-5 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ ਹੈ 올림픽 ਸੁਰਜੀਤ ਹਾਕੀ ਸਟੇਡੀਅਮ ਵਿੱਚ ਸੰਪੰਨ ਹੋਈ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸੁਖਦੇਵ ਸਿੰਘ AIG ਗਰੁੱਪ ਨੇ ਕੀਤੀ ਜੇਤੂ ਟੀਮ ਨੂੰ 1 ਲੱਖ ਰੁਪਏ ਨਕਦ ਅਤੇ ਟਰਾਫੀ ਉਪ ਜੇਤੂ ਟੀਮ ਨੂੰ 75000 ਰੁਪਏ ਨਕਦ ਅਤੇ ਟਰਾਫੀ ਜਦ ਕੀ ਤੀਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 31000 ਰੁਪਏ ਨਕਦ ਅਤੇ ਟਰੋਫੀ ਨਾਲ ਸਨਮਾਨਿਤ ਕੀਤਾ ਗਿਆ ਫਾਈਨਲ ਮੈਚ ਵਿੱਚ ਹਾਕੀ ਦਾ ਵਧੀਆ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਅੱਧੇ ਸਮੇਂ ਵਿੱਚ ਰੇਲ ਕੋਚ ਫੈਕਟਰੀ 2 ਇੱਕ ਨਾਲ ਅੱਗੇ ਸੀ ਤੇ ਰੇਲ ਕੋਚ ਫੈਕਟਰੀ ਵੱਲੋਂ ਐਸ਼ਵਰਿਆ ਨੇ ਦੋ ਗੋਲ ਕੀਤੇ ਜਦਕਿ ਮਨਪ੍ਰੀਤ ਕੌਰ ਅਤੇ ਗਗਨਦੀਪ ਕੌਰ ਨੇ ਇੱਕ ਇੱਕ ਗੋਲ ਕੀਤਾ ਪੰਜਾਬ ਵੱਲੋਂ ਸੁਖਵੀਰ ਕੌਰ ਸੁਮિતા ਅਤੇ ਮਿਤਾਲੀ ਨੇ ਇੱਕ ਇੱਕ ਗੋਲ ਕੀਤਾ ਖਬਰਾਂ ਦੇ ਬੁਲਟਿਨ ਸਾਡੇ ਦਰਸ਼ਕ RN UDDK ਦੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਵੀ ਦੇਖ ਸਕਦੇ ਨੇ ਲੋਕ ਸਭਾ ਚੋਣਾਂ ਦੇ ਤੇ ਹੁਣ ਖਬਰਾਂ ਇੱਕ ਵਾਰੀ ਫੇਰ ਤੋਂ ਰਿਪੀਟ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅੱਜ ਆਖਰੀ ਦਿਨ ਦੂਜੇ ਪੜਾਅ ਲਈ 26 ਅਪ੍ਰੈਲ ਨੂੰ ਹੋਵੇਗਾ મતદાન ਪੰਜਾਬ ਦੇ 2 ਕਰੋੜ 12 ਲੱਖ ਤੋਂ ਵੱਧ ਬੋਟਰ ਆਪਣੇ 13 ਸੰਸਦ ਮੈਂਬਰ ਚੁਣਨ ਲਈ 1 ਜੂਨ ਨੂੰ ਕਰਨਗੇ મતદાન दिल्ली आबाकारी नीति मामले विच। अदालत ने कई कविता की अंतरिम जमानत की रद्द रद। फौजे के तिना अंगा दा एक दिना संयुक्त सम्मेलन परिवर्तन चिंतन दिल्ली में। इस साल का पहला मुकम्मल सूरज ग्रहण आज ਤੇਜ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ। ਨਮਸਕਾਰ।